हाँ जी सत श्री अकाल सारिआं नूं। मैं भारतीय किसान यूनियन क्रांतिकारी पंजाब दा प्रधान सरजीत सिंह फूल। मैं लगभग जिन्नियां भी हुण तिकर सरकार नाल केंद्र सरकार नाल किसान जथेबंदियां दी मीटिंगां होईआं ने, 6 गेड़ दीआं मीटिंगां होईआं ने, 6 मीटिंगां नूं मैं अटेंड कीता। जिहड़ा मैं ऑब्जर्व कीता सारिआं मीटिंगां दे विच्चों बई जिहड़ी हुण कहिंदे आ वी इह डेडलॉक आया होया, गल फसी हुई है, जैस नो दी गल इह जिहियां कीतियां जा रहियां ने, इह कोई गल नहीं। असल विच 6 मीटिंगां दा जिहड़ा मैं ऑब्जर्व कीता वी जिहड़ी सरकार है पूरी तरहां जिहड़े वड्डे इंडिया दे कारपोरेट घराणे है ते जिहड़ियां विदेशी वड्डियां साम्राज्जी कारपोरेट कंपनियां ने, मल्टीनैशनल कंपनियां ने, उहनां दे हित नूं सर्व करन दी खातर इहनां ने इह कानून लिआंदे ने। बिल्कुल उहनां नूं साफ है ਕਿਸਾਨਾਂ ਦੇ ਇਹ ਹਿੱਤ ਦੇ, ਕਿਸਾਨਾਂ ਦੇ ਇੰਟਰਸਟ ਦੇ, ਕਿਸਾਨਾਂ ਦੇ ਉਲਟ ਨੇ, ਉਹਨਾਂ ਨੂੰ ਮਾਰਨ ਵਾਲੇ ਨੇ। ਇਸ ਕਰਕੇ ਇਹ ਸਾਰੀਆਂ ਜਿੰਨੀਆਂ ਵੀ ਇਹਨਾਂ ਦੀਆਂ ਦਲੀਲਾਂ ਹੈਗੀਆਂ ਨੇ ਉਹ ਅਸਲ ਗੱਲ ਇਹਦੇ 'ਚ ਲੁਕਾਉਂਦੇ ਆ ਵੀ ਅਸੀਂ ਤਾਂ ਵੀ ਬਿਲਕੁਲ ਕਿਸਾਨਾਂ ਦੀ ਸਰਕਾਰ ਹੈ, ਕਿਸਾਨਾਂ ਤੋਂ ਬਿਨਾਂ ਸਰਕਾਰ ਕਿਵੇਂ ਚੱਲੂਗੀ। ਪਰ ਜਿਹੜੀ ਅਸਲ ਵਿੱਚੋਂ ਗੱਲ ਹੈਗੀ ਆ ਵੀ ਉਹ ਨਾਲ ਕਿਸਾਨਾਂ ਦਾ ਵੀ ਆਪਦਾ ਪੱਖ ਰੱਖਣਾ ਚਾਹੁੰਦੇ ਅਤੇ ਨਾਲ ਉਹ ਜਿਹੜੀਆਂ ਕਾਰਪੋਰੇਟ ਘਰਾਣੇ ਆ ਜਾਂ ਸਾਮਰਾਜੀ ਕੰਪਨੀਆਂ ਨੇ ਉਹਨਾਂ ਦਾ ਵੀ ਉਹ ਪੱਖ ਪੂਰਨਾ ਚਾਹੁੰਦੇ ਨੇ। ਹੁਣ ਜਿਹੜੀ ਇਹਨੂੰ ਫੇਰ ਕਰ ਅਸੀਂ 5 ਮੀਟਿੰਗਾਂ ਦੇ ਵਿੱਚ ਲਗਭਗ 7-7 ਘੰਟੇ ਦੀ ਡਿਸਕਸ਼ਨ ਚੱਲੀ ਹੈ, ਚਰਚਾ ਚੱਲੀ ਹੈ। ਇਕੱਲੀ ਇਕੱਲੀ ਗੱਲ 'ਤੇ ਅਸੀਂ ਸਾਬਤ ਕੀਤਾ ਹੈ ਵੀ ਇਹ ਕਾਨੂੰਨ ਗੈਰ ਸੰਵਿਧਾਨਕ ਕਿਵੇਂ ਹੈ। ਇਹ ਜਿਹੜੀ ਪੰਜਾਬ ਦੇ ਇਹ ਸੂਬਿਆਂ ਦੇ ਅਧਿਕਾਰ ਖੇਤਰ ਦੇ ਕਾਨੂੰਨ ਸੀ, ਸੈਂਟਰ ਨੂੰ ਕੇਂਦਰ ਸਰਕਾਰ ਦੇ ਇਹ ਖੇਤਰ ਦੇ ਕਾਨੂੰਨ ਹੀ ਨੇ। ਇਹਨੂੰ ਆਪਦੇ ਅਧਿਕਾਰ ਖੇਤਰ 'ਚ ਲੈ ਕੇ ਆਉਣਾ ਗੈਰ ਸੰਵਿਧਾਨਕ ਹੈ। ਅਤੇ ਉਦੋਂ ਬਾਅਦ ਜਿੰਨੀਆਂ ਦੀਆਂ ਧਰਾਵਾਂ ਹੈਗੀਆਂ ਨੇ, ਕਲਾਜ ਹੈ, ਇਕੱਲੀ ਇਕੱਲੀ ਕਲਾਜ ਦੀ ਅਸੀਂ ਦੱਸਿਆ। ਪਹਿਲਾ ਕਾਨੂੰਨ ਹੈ ਆਪਣਾ ਜਿਹੜੇ ਫਾਰਮਰ ਪ੍ਰੋਡਕਟ ਹੈ ਉਹਦੇ ਨਾਲ ਸੰਬੰਧਿਤ ਹੈ, ਦੂਜਾ ਕੰਟਰੈਕਟ ਫਾਰਮਿੰਗ ਨਾਲ ਸੰਬੰਧਿਤ ਹੈ, ਤੀਜਾ ਜਿਹੜਾ ਹੈਗਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਜਿਹੜਾ ਜ਼ਰੂਰੀ ਸੇਵਾਵਾਂ ਵਸਤੂਆਂ ਸੰਬੰਧੀ ਜਿਹੜਾ ਪਹਿਲਾ ਕਾਨੂੰਨ ਸੀਗਾ ਜਿਹੜਾ ਜਮ੍ਹਾਂਖੋਰੀ ਰੋਕਣ ਵਾਲਾ, ਉਹਦੇ 'ਚ ਸੋਧ ਵਾਲਾ ਕਾਨੂੰਨ ਹੈ। ਤਿੰਨਾਂ ਕਾਨੂੰਨਾਂ ਦੇ ਅਸੀਂ ਇਕੱਲੇ ਇਕੱਲੇ ਕਲਾਜ 'ਤੇ ਉਹਨਾਂ ਨੂੰ ਕਿਹਾ ਵੀ ਇਹ ਕਾਰਪੋਰੇਟਸ ਦਾ ਹਿੱਤ ਪੂਰਦੇ ਹੈ, ਕਿਸਾਨਾਂ ਨੂੰ ਮਾਰਦੇ ਆ, ਮਜ਼ਦੂਰਾਂ ਨੂੰ ਮਾਰਦੇ ਆ। ਜਿਹੜਾ ਫੈਡਰਲ ਢਾਂਚਾ ਹੈਗਾ ਸੂਬਿਆਂ ਦਾ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਵਾਲਾ, ਤਾਕਤਾਂ ਜਿਹੜੀਆਂ ਸਾਰੀਆਂ ਸੂਬਿਆਂ ਨੂੰ ਦੇਣ ਦੀ ਬਜਾਏ ਇੱਕ ਇੱਕ ਸੈਂਟਰ ਦੇ ਹੱਥ ਤਾਕਤਾਂ ਇਕੱਠੀਆਂ ਕਰਨ ਵਾਲਾ ਜਿਹੜਾ ਕਾਨੂੰਨ ਹੈ ਉਹਦੀ ਇਕੱਲੀ ਇਕੱਲੀ ਇਹ ਅਸੀਂ ਉਹਦੇ 'ਤੇ ਧਾਰਾ 'ਤੇ ਬੋਲੇ ਹੈ। ਸਾਰੀਆਂ ਮੀਟਿੰਗਾਂ ਦੇ ਵਿੱਚ ਉਹ ਲਾਜਵਾਬ ਹੋਏ ਆ ਅਤੇ ਐਂ ਕਹਿੰਦੇ ਰਹੇ ਨੇ ਵੀ ਠੀਕ ਹੈ ਆਪਾਂ ਨੈਕਸਟ ਮੀਟਿੰਗ ਦੇ ਵਿੱਚ ਇਹ ਗੱਲ ਕਰਾਂਗੇ। ਪਰ ਜਦੋਂ ਹੁਣ ਇਹਨਾਂ ਨੇ ਜਦੋਂ ਅਸੀਂ ਲਾਸਟ ਮੀਟਿੰਗ ਦੇ ਵਿੱਚ ਕਹਿਤਾ ਵੀ ਹੁਣ ਡਿਸਕਸ਼ਨ ਬਿਲਕੁਲ ਓਵਰ ਹੋ ਗਈ ਹੈ, ਹੁਣ ਰਿਪੀਟ ਹੋ ਰਹੀਆਂ ਨੇ ਗੱਲਾਂ, ਉਹ ਇਹ ਜਿਹੜੇ ਹੁਣ ਸਾਡੇ 'ਤੇ ਦੋਸ਼ ਲਾ ਰਹੇ ਆ ਵੀ ਤਾਂ ਕਿਸਾਨ ਤਾਂ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੇ, ਇਹ ਤਾਂ ਕਹਿੰਦੇ ਜੈਸ ਜਾਂ ਨੋਹ 'ਤੇ ਖੜ੍ਹੇ ਆ। ਜੈਸ ਜਾਂ ਨੋਹ 'ਤੇ ਜੇ ਅਸੀਂ ਪਹਿਲੀ ਮੀਟਿੰਗ ਜਿਹੜੀ ਫਸਟ ਮੀਟਿੰਗ ਆ ਸਾਡੀ 13 ਨਵੰਬਰ ਨੂੰ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਹੋਈ ਸੀ, ਜੇ ਉਸ ਮੀਟਿੰਗ 'ਤੇ ਅਸੀਂ ਕਹਿੰਦੇ ਹੁੰਦੇ ਕਿ ਵੀ ਜਾਂ ਕਾਨੂੰਨ ਨੂੰ ਰੱਦ ਕਰੋ ਜਾਂ ਇਹਨੂੰ ਹਾਂ ਕਹੋ ਜਾਂ ਨਾ ਕਰੋ, ਫਿਰ ਤਾਂ ਸਾਡੀ ਗੱਲ ਗਲਤ ਸੀਗੀ। ਅਸੀਂ 5 ਮੀਟਿੰਗਾਂ ਬਾਅਦ ਕਿਹਾ ਵੀ ਹੁਣ ਜੇ ਤੁਸੀਂ ਕਾਨੂੰਨ ਨੂੰ ਨਹੀਂ ਰੱਦ ਕਰ ਸਕਦੇ ਤਾਂ ਨਾ ਕਰ ਦਿਓ, ਅਸੀਂ ਆਪਦਾ ਉਹ ਜਿਹਾ ਰਸਤਾ ਅਪਣਾ ਲਾਂਗੇ, ਕੋਈ ਤੁਸੀਂ ਆਪਦਾ ਰਸਤਾ ਅਪਣਾ ਲਓ, ਵੀ ਹੁਣ ਇਹ ਗੱਲਬਾਤ ਦਾ ਕੋਈ ਫਾਇਦਾ ਨਹੀਂ ਕੋਈ। ਅਤੇ ਉਦੋਂ ਬਾਅਦ ਉਹਨਾਂ ਨੇ 9 ਤਰੀਕ ਨੂੰ ਜੋ ਉਹ ਸੋਧਾਂ ਭੇਜੀਆਂ ਨੇ ਸਾਡੀਆਂ ਪਹਿਲੀਆਂ ਮੀਟਿੰਗਾਂ ਦੇ ਜਵਾਬ ਦੇ ਵਿੱਚ, ਉਹ 7 ਸੋਧਾਂ ਹੀ ਨਾਲ ਕੋਈ ਉਹ ਕਿਸਾਨਾਂ ਦਾ ਘਰ ਪੂਰਾ ਨਹੀਂ ਕਰਦੀਆਂ। ਉਹ ਜਿਹੜਾ ਉਹਦਾ ਕਾਨੂੰਨਾਂ ਦਾ ਜਿਹੜਾ ਅਸਲ ਕਰੈਕਟਰ ਹੈ ਨਾ, ਜਿਹੜਾ ਕਹਿ ਲਓ ਉਹਦਾ ਸੁਭਾਅ ਹੈ ਕਿਸਾਨਾਂ ਨੂੰ ਮਾਰਨ ਨਾਲ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਉਹਨਾਂ 7 ਸੋਧਾਂ ਨਾਲ। ਜਿਵੇਂ MSP ਦੀ ਗੱਲ ਕਰ ਰਹੇ ਨੇ ਉਹ, ਵੀ ਅਸੀਂ ਐਂ ਵੀ ਕਹਿ ਰਹੇ ਆ, ਇੱਕ ਪਤਾ ਨਹੀਂ ਮੰਤਰੀ ਨੇ ਕਿਹੜੇ ਨੇ ਕਿਹਾ ਸੀਗਾ ਵੀ ਮੈਂ ਹਾਂ ਹੱਚਾ ਜਿਹੜਾ ਖੱਟਰ ਹੈ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਹੈ ਵੀ ਮੈਂ ਸਿਆਸਤ ਛੱਡ ਦੂੰਗਾ ਜੇ MSP ਖਤਮ ਕਰਨ ਦੀ ਕੋਈ ਗੱਲ ਕਰਦਾ ਹੋਵੇ ਜਾਂ MSP ਖਤਮ ਹੋਵੇ। ਅਸਲ ਵਿੱਚ ਗੱਲ ਕੀ ਆ, ਉਹ ਗੱਲ ਨੂੰ ਰੋਲਦੇ ਕੀ ਆ ਵੀ MSP ਦੀ ਗੱਲ ਨਹੀਂ, MSP ਦੀ ਕਾਨੂੰਨੀ ਗਰੰਟੀ ਦੀ ਗੱਲ ਹੈ। MSP ਇਕੱਲੀ ਤੈਅ ਕਰ ਦੇਣ, ਪਹਿਲਾਂ ਵੀ ਤੈਅ ਹੈਗੀ ਹੈ ਜੇ ਉਹਦੇ 'ਤੇ ਉਹਦੀ ਖਰੀਦ ਹੈ ਜਿਹੜੀ ਉਹਦੇ 'ਤੇ MSP 'ਤੇ ਵੀ ਉਹਦੀ ਗਰੰਟੀ ਹੋਊਗੀ, ਉਹਦੀ ਕਾਨੂੰਨੀ ਘੇਰੇ ਦੇ ਵਿੱਚ ਲਿਆਂਦਾ ਜਾਊਗਾ, ਜਿਹੜਾ ਉਦੋਂ ਘੱਟ ਖਰੀਦੂਗਾ ਉਹਦੇ 'ਤੇ ਕਾਰਵਾਈ ਹੋਈ ਜਾਊਗੀ। ਕਾਨੂੰਨੀ ਗਰੰਟੀ ਦੀ ਇੱਕ ਗੱਲ ਨਹੀਂ ਕਰਦੇ। ਹੁਣ ਉਹ ਹੁਣ ਵੀ ਕਹਿੰਦੇ ਆ ਵੀ ਅਸੀਂ ਲਿਖਤੀ ਵਿਸ਼ਵਾਸ ਦੇ ਦਿੰਦੇ ਹਾਂ MSP ਦਾ। ਸਵਾਲ ਲਿਖਤੀ ਵਿਸ਼ਵਾਸ ਦਾ ਨਹੀਂ, ਸਵਾਲ ਹੈ ਉਹਦੀ ਕਾਨੂੰਨੀ ਗਰੰਟੀ ਦਾ ਵੀ ਜਿਹੜੀ MSP ਤੈਅ ਕੀਤੀ ਗਈ, ਜਿਹੜੀਆਂ ਫਸਲਾਂ ਦੀ ਤੈਅ ਕੀਤੀ ਗਈ ਉਹਨਾਂ 'ਤੇ ਫਸਲ ਹਰ ਹਾਲ ਖਰੀਦੀ ਜਾਊਗੀ।
अच्छा ये एक होर जिहड़ा इन्हां ने आ जिहड़ियां सत्त सुधां दे विच गल आई है जिहड़ा तीजा कानून है जरूरी वस्तुआं संबंधी जिहड़े कानून है जिहड़ा उस दे उहदे विच सत्त सुधां च जिक्र ही नहीं कीता। असीं कहिंदे आ उह जिहड़ा कानून है उह जिहड़ा तीजा कानून है एसेंशियल कमोडिटी एक्ट दे विच सोध वाला कानून है ਉਹ ਇਕੱਲੇ ਕਿਸਾਨਾਂ ਵਾਸਤੇ ਨੇ, ਸਮੁੱਚੇ ਜਿੰਨੇ ਦੇਸ਼ ਦੇ ਕੰਜ਼ੂਮਰ ਹੈ ਜਿਹੜੇ ਖੇਤੀ ਉਪਜ ਨੂੰ ਵਰਤਦੇ ਨੇ ਆਪਣੀਆਂ ਮੰਡੀ 'ਚੋਂ ਬਾਜ਼ਾਰ 'ਚੋਂ ਖਰੀਦ ਕੇ ਵਰਤਦੇ ਆ, ਭਾਵੇਂ ਉਹ ਉਹਦੇ ਵਿੱਚ ਸਬਜ਼ੀਆਂ ਨੇ, ਭਾਵੇਂ ਅਨਾਜ ਹੈ, ਭਾਵੇਂ ਉਹ ਦਾਲਾਂ ਹੈ, ਭਾਵੇਂ ਉਹ ਤੇਲ ਬੀਜ ਹੈ, ਜੋ ਵੀ ਉਹ ਖਰੀਦਦੇ ਆ ਟੋਟਲ ਲਈ ਉਹ ਜਿਹੜਾ ਕਾਨੂੰਨ ਹੈ ਉਹ ਖਤਰਨਾਕ ਹੈ, ਘਾਤਕ ਹੈ, ਮਾਰੂ ਹੈ। ਕਿਉਂਕਿ ਉਹ ਜਿਹੜਾ ਕਾਨੂੰਨ ਹੈ ਪਹਿਲਾਂ ਜਮ੍ਹਾਂਖੋਰੀ 'ਤੇ ਰੋਕ ਲਾਉਂਦਾ ਸੀ ਪਹਿਲਾਂ ਵਾਲਾ ਕਾਨੂੰਨ, ਉਹ ਕਾਨੂੰਨ ਦੀ ਉਹਨਾਂ ਨੇ ਖੁੱਲ੍ਹੀ ਛੁੱਟੀ ਦਿੱਤੀ ਹੈ ਨਵੇਂ ਕਾਨੂੰਨ ਦੇ ਵਿੱਚ ਸੋਧ ਕਰਕੇ। ਅਸੀਂ ਹੁਣ ਜਿਹੜਾ ਕਹਿੰਦੇ ਆ ਵੀ ਤੁਸੀਂ ਉਹਦੇ 'ਚ ਚੀਜ਼ ਕਢਾ ਲਓ, ਕੋਈ ਇੱਕ ਚੀਜ਼ ਜਿਹੜੀ ਵੀ ਕਢਾਉਣੀ ਆ ਤੁਸੀਂ, ਅਸੀਂ ਉਹਨਾਂ ਨੂੰ ਇਹ ਕਿਹਾ ਸੀਗਾ ਵੀ ਤੁਸੀਂ ਐਂ ਕੱਢ ਦਿਓ ਵੀ ਜਿਹੜੀ ਸੋਧ ਕੀਤੀ ਆ ਅਸੀਂ, ਕਾਨੂੰਨ ਠੀਕ ਹੈ, ਅਸੀਂ ਕਹਿੰਦੇ ਹਾਂ ਵੀ ਜਿਹੜਾ ਜ਼ਰੂਰੀ ਸੇਵਾਵਾਂ ਸੰਬੰਧੀ ਪਹਿਲਾਂ ਵਾਲਾ ਕਾਨੂੰਨ ਹੈ ਉਹ ਕਾਨੂੰਨ ਨੂੰ ਅਸੀਂ ਮੰਨਦੇ ਹਾਂ, ਇਹਦੇ 'ਚ ਜਿਹੜੀ ਤੁਸੀਂ ਸੋਧ ਕੀਤੀ ਹੈ, ਅਮੈਂਡਮੈਂਟ ਕੀਤੀ ਹੈ, ਜਿਹੜੀ ਅਮੈਂਡਮੈਂਟ ਵਾਪਸ ਲੈ ਲਓ, ਚੱਲ ਸਾਡੇ ਇਸ 'ਤੇ ਤਸੱਲੀ ਹੈ। ਆਇਆ ਸੀ ਕੈਟਾਗਰੀਕਲੀ ਉਹਨਾਂ ਨੂੰ ਕਿਹਾ, ਪਰ ਉਹ ਜਿਹੜੀ ਉਹਦੇ ਵਿੱਚ ਹੁਣ ਇਹਨਾਂ ਨੇ ਉਹਦੇ 'ਚ ਜਵਾਬ 'ਚ ਇਹ ਕਿਹਾ ਵੀ ਜਿਹੜੀ ਖੁੱਲ੍ਹ ਹੈ ਉਹ ਐਬਸੋਲਿਊਟਲੀ ਖੁੱਲ੍ਹ ਨਹੀਂ ਦਿੱਤੀ ਉਹਨਾਂ ਨੂੰ ਹੋਲਡਿੰਗ ਕਰਨ ਦੀ, ਭੰਡਾਰਨ ਕਰਨ ਦੀ। ਜੇ ਕੋਈ ਕੀਮਤਾਂ ਵੱਧ ਗਈਆਂ ਨੇ, ਮਹਿੰਗਾਈ ਲੋੜੋਂ ਵੱਧ ਜਾਂਦੀ ਹੈ ਕਿਸੇ ਚੀਜ਼ ਦੀ, ਫਿਰ ਉਹ ਜਾਂ ਕੋਈ ਆਪਣਾ ਕਾਲ ਪੈ ਜਾਂਦਾ ਜਾਂ ਕੋਈ ਜੰਗ ਲੱਗ ਜਾਂਦੀ ਹੈ, ਇਹਨਾਂ ਹਾਲਤਾਂ ਦੇ ਵਿੱਚ ਵੀ ਫਿਰ ਉਹ ਜਿਹੜਾ ਅਸੀਂ ਭੰਡਾਰਨ 'ਤੇ ਰੋਕ ਲਾਵਾਂਗੇ ਉਹ। ਪਰ ਦੂਜੇ ਪਾਸੇ ਜਿਹੜਾ ਦੂਜਾ ਕਾਨੂੰਨ ਹੈ ਮੁੱਲ ਅਸ਼ੋਰੈਂਸ ਕਾਨੂੰਨ ਵਾਲਾ, ਜਿਹਨੂੰ ਜਿਹਦੇ ਤਹਿਤ ਉਹ ਕੰਟਰੈਕਟ ਫਾਰਮਿੰਗ ਕਰਨਗੇ ਫਸਲਾਂ ਦੇ ਕਿਸਾਨਾਂ ਦੇ ਨਾਲ, ਉਹਨਾਂ ਦਾ ਫਸਲਾਂ 'ਤੇ ਵਿਸ਼ੇਸ਼ ਫਸਲਾਂ 'ਤੇ ਕੰਟਰੈਕਟ ਕਰਕੇ ਉਹਨਾਂ ਨੂੰ ਮੁੱਲ ਇੰਸ਼ੋਰੈਂਸ ਕਰਨਗੇ, ਉਹਦੇ ਵਿੱਚ ਇਹ ਲਿਖਿਆ ਹੋਇਆ ਵੀ ਜੇ ਉਹਨਾਂ ਨੇ ਆਪਣਾ ਜਿਹੜਾ ਵਪਾਰੀ ਹੈ, ਵਪਾਰਕ ਕੰਪਨੀ ਹੈ, ਉਹਨੇ ਕਿਸਾਨ ਨਾਲ ਕੰਟਰੈਕਟ ਕੀਤਾ, ਮਤਲਬ ਵੀ ਇੰਨੇ ਅਨਾਜ ਦਾ ਹੀ ਕਰ ਲਿਆ, ਇੰਨੇ ਟਨ ਅਨਾਜ ਦਾ ਉਹਨਾਂ ਨੇ ਕੰਟਰੈਕਟ ਕਰ ਲਿਆ, ਪਰ ਉਹਨੂੰ ਉਹਦਾ ਕੰਟਰੈਕਟ ਹੈ ਜਿਹੜਾ, ਜੇ ਉਹਦੇ ਪਾਸੇ ਭੰਡਾਰਨ 'ਤੇ ਰੋਕ ਲਾ ਤੀ ਤਾਂ ਉਹਦਾ ਭਾਵ ਜਿਹੜਾ ਹੈਗਾ ਕੰਟਰੈਕਟ ਹੈ ਉਹ ਫੇਲ ਹੋ ਜਾਊਗਾ, ਭੰਡਾਰਨ ਵਾਲੀ ਰੋਕ ਹੈ ਜਿਹੜੀ ਉਹ ਰਿਕਾ ਨਹੀਂ ਬਣੂਗੀ। ਕਹਿਣ ਦਾ ਭਾਵ ਜਿੰਨਾ ਉਹਨੇ ਕੰਟਰੈਕਟ ਕਰ ਲਿਆ ਫਸਲ ਦਾ, ਉਨੀ ਉਹਦੇ ਵਿੱਚ ਉਹਦੀ ਕੰਟਰੈਕਟ 'ਤੇ ਕੋਈ ਆਂਚ ਨਹੀਂ ਆਉਣ ਦਿੱਤੀ ਜਾਊਗੀ। ਇਸ ਹਿਸਾਬ ਨਾਲ ਜਿਹੜੀ ਕੋਈ ਆਂਚ ਨਾ ਆਉਣ ਦਿੱਤੀ ਜਾਊਗੀ ਜਿੰਨਾ ਉਹਨੇ ਕੰਟਰੈਕਟ ਕਰ ਲਿਆ, ਭਾਵੇਂ ਉਹ ਜਿਹੜਾ ਦੂਜਾ ਭੰਡਾਰਨ ਵਾਲਾ ਉਹ ਰੋਕ ਵੀ ਲਾਉਂਦੇ ਹੋਣ, ਉਹ ਰੋਕ ਨਹੀਂ ਲੱਗੂਗੀ। ਸੋ ਇਸ ਕਰਕੇ ਸਾਰੀਆਂ ਜਿਹੜੀਆਂ ਹੈ ਇਹ ਇਹਨਾਂ ਦੀਆਂ ਜਿੰਨੀਆਂ ਹੁਣ ਤੱਕ ਦਲੀਲਾਂ ਆਈਆਂ ਨੇ ਇਹਦੇ ਵਿੱਚ ਬਿਲਕੁਲ ਲਾਜਵਾਬ ਨੇ। ਅਤੇ ਹੁਣ ਜਿਹੜਾ ਅਖੀਰ 'ਤੇ ਜਿਹੜੀ ਗੱਲ, ਹੁਣ ਜਿਹੜੀਆਂ ਚਾਲਾਂ ਹੁਣ ਜਿਹੜੀਆਂ ਹੁਣ ਬੀਜੇਪੀ ਦੀਆਂ ਹੁਣ ਚਾਲਾਂ ਆ ਰਹੀਆਂ ਨੇ ਉਹ ਦੂਰੀਆਂ ਚਾਲਾਂ ਨੇ। ਇੱਕ ਪਾਸੇ ਕਹਿ ਰਹੇ ਆ ਵੀ ਅਸੀਂ ਗੱਲ ਹੁਣ ਜਿਹੜੀ ਹੁਣ ਚਿੱਠੀ ਆਈ ਹੈ 20 ਤਰੀਕ ਨੂੰ ਲੇਟੈਸਟ ਚਿੱਠੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਉਹ ਵਿਵੇਕ ਅਗਰਵਾਲ ਹੈ ਪ੍ਰਿੰਸੀਪਲ ਸੈਕਟਰੀ, ਆਪਣਾ PM ਦਾ ਪ੍ਰਿੰਸੀਪਲ ਸੈਕਟਰੀ ਹੈ, ਜਿਹਨੇ ਕਿਹਾ ਵੀ ਕਿਸਾਨ ਅਤੇ ਰਾਮ ਮੀਟਿੰਗ ਤੈਅ ਕਰ ਦੇਣ, ਸਮਾਂ ਤੈਅ ਕਰ ਦੇਣ, ਅਸੀਂ ਦੁਬਾਰੇ ਵੀ ਗੱਲਬਾਤ 'ਚ ਬੈਠਣ ਨੂੰ ਤਿਆਰ ਹੈ। ਪਰ ਉਹ ਦੂਜੇ ਪਾਸੇ ਇਹ ਵੀ ਕਹਿ ਰਹੇ ਨੇ ਵੀ ਜਿਹੜੀਆਂ ਇਹ ਅੰਦੋਲਨ ਹੈ ਇਹ ਜਿਹੜੀਆਂ ਅਗਵਾਹ ਕਰ ਲਿਆ ਜਾਂ ਕਹਿੰਦੇ ਖਾਲਿਸਤਾਨ ਨੇ ਅਗਵਾਹ ਕਰ ਲਿਆ ਜਾਂ ਕਹਿੰਦੇ ਮਾਓਵਾਦੀਆਂ ਨੇ ਅਗਵਾਹ ਕਰ ਲਿਆ, ਜਾਂ ਕਹਿ ਰਹੇ ਆ ਵੀ ਦੋ ਕਿਸਾਨਾਂ ਇਹ ਦੋ ਸੂਬਿਆਂ ਦਾ ਹੀ ਮਸਲਾ ਹੈਗਾ, ਬਾਕੀ ਸੂਬਿਆਂ ਦਾ ਮਸਲਾ ਹੀ ਨਹੀਂ। ਜੇ ਦੋ ਸੂਬਿਆਂ ਦਾ ਮਸਲਾ ਹੈ ਜਾਂ ਇਹਨਾਂ ਨੂੰ ਗੁੰਮਰਾਹ ਕਰ ਲਿਆ ਇਸ ਅੰਦੋਲਨ ਨੂੰ, ਫਿਰ ਉਹਨਾਂ ਲੀਡਰਾਂ ਨੂੰ ਗੱਲਬਾਤ ਦੇ ਸੱਦੇ ਦੀ ਵੀ ਕੀ ਤੁੱਕ ਰਹਿ ਜਾਂਦੀ ਹੈ। ਸੋ ਇਸ ਕਰਕੇ ਦੂਰੀਆਂ ਚਾਲਾਂ ਇਸ BJP ਦੀਆਂ, ਦੋਲੀਆਂ ਕੇਂਦਰ ਸਰਕਾਰ ਦੀਆਂ ਦੋਲੀਆਂ ਚਾਲਾਂ ਨੇ। ਅਸਲ ਵਿੱਚ ਇਹ ਜਿਹੜਾ ਕਿਸਾਨਾਂ ਦਾ ਜਿਹੜਾ ਹਿੱਤ ਹੈਗਾ ਉਹਨੂੰ ਨਜ਼ਰਅੰਦਾਜ਼ ਕਰਕੇ ਸਾਰੇ ਦੇਸ਼ ਦਾ ਕਿਸਾਨ ਹੈ ਉਹ ਇਹਨਾਂ ਵਾਸਤੇ 2 ਨੰਬਰ ਦੀ ਗੱਲ ਹੈ, ਜਿਹੜੇ ਕਾਰਪੋਰੇਟ ਘਰਾਣੇ ਆ ਜਾਂ ਕਾਰਪੋਰੇਟ ਕੰਪਨੀਆਂ ਨੇ ਉਹ ਇਹਨਾਂ ਵਾਸਤੇ 1 ਨੰਬਰ ਦੀ ਗੱਲ ਹੈ। ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਇਹ ਜਿਹੜੀ ਅੰਦੋਲਨ ਹੈ ਇਹ ਗੱਲਬਾਤ ਰਾਹੀਂ ਨਹੀਂ ਹੱਲ ਹੋਊਗਾ, ਇਹ ਅੰਦੋਲਨ ਹੈ ਜਿਹੜਾ ਇਹਦੀ ਹਾਰ ਜਿੱਤ ਰਾਹੀਂ, ਭਾਵੇਂ ਕਿਸਾਨ ਹਾਰ ਜਾਣ ਅਤੇ ਭਾਵੇਂ ਸਰਕਾਰ ਹਾਰ ਜੇ, ਇੱਕ ਧਿਰ ਦੀ ਹਾਰ ਜਿੱਤ ਹੋ ਕੇ ਇਹ ਇਹਦਾ ਨਿਬੇੜਾ ਹੋਊਗਾ। ਅਤੇ ਪਰ ਜਿੰਨਾ ਹੁਣ ਕਿਸਾਨਾਂ ਵੱਲੋਂ ਸਮਰਥਨ ਮਿਲ ਚੁੱਕਿਆ, ਜਿੰਨਾ ਇਰਾਦਾ ਧਾਰ ਚੁੱਕਿਆ ਕਿਸਾਨ ਵੀ ਅਸੀਂ ਭਾਵੇਂ ਸਾਨੂੰ 6 ਮਹੀਨੇ ਬੈਠਣਾ ਪਵੇ, ਅਸੀਂ ਕੋਈ ਸੋਧਾਂ ਨੂੰ ਲੈ ਕੇ ਜਾਵਾਂਗੇ, ਅਸੀਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਜਾਵਾਂਗੇ। ਇਸ ਕਰਕੇ ਇੱਥੇ ਜਾਂ ਕਹਿੰਦੇ ਹੁੰਦੇ ਆ ਕਿਸਾਨ ਰਹੂਗਾ ਜਾਂ ਕਾਨੂੰਨ ਰਹਿਣਗੇ, ਦੋਨੇ ਚੀਜ਼ਾਂ ਨਹੀਂ ਰਹਿ ਸਕਦੀਆਂ। ਸਰਕਾਰ ਹੈ ਉਹ ਕਾਨੂੰਨਾਂ ਨੂੰ ਰੱਖਣਾ ਚਾਹੁੰਦੀ ਹੈ, ਅਤੇ ਜੇ ਕਾਨੂੰਨ ਰਹਿੰਦੇ ਆ ਤਾਂ ਕਿਸਾਨ ਨਹੀਂ ਰਹਿੰਦਾ। ਕਿਸਾਨ ਜਥੇਬੰਦੀਆਂ ਹੈਗੀਆਂ ਕਿਸਾਨ ਦੀ ਰਾਖੀ ਖਾਤਰ, ਕਿਸਾਨ ਨੂੰ ਬਚਾਉਣ ਦੀ ਖਾਤਰ, ਕਾਨੂੰਨ ਨੂੰ ਖਤਮ ਕਰਾਉਣ ਦੀ ਲੜਾਈ ਅੰਤਮ ਲੜਾਈ ਤੱਕ ਲੜਨਗੀਆਂ ਜੀ।